ਮੇਰੀਆਂ ਭੈਣਾਂ ਜਿੰਨੀਆਂ ਬੈਠੀਆਂ ਨੇ ਨਾ, ਇਹਨਾਂ ਦੇ ਨਾਂ 'ਤੇ ਜ਼ੋਰ ਦੱਸਦਾ ਜੀ, ਇੱਕ ਹੱਥ ਬੰਨ ਕੇ ਬੇਨਤੀ ਆ, ਬੰਦਾ ਕਮਾਉਂਦਾ ਅਤੇ ਔਰਤ ਸਾਂਭਦੀ ਆ, ਜੇਕਰ ਔਰਤ ਨਹੀਂ ਸੰਭਾਲਦੀ ਤਾਂ ਸਮਝੋ ਘਰ ਬੇਕਾਰ ਹੈ। ਇਸ ਕਰਕੇ ਜੇਕਰ ਬੰਦਾ ਰਾਤ ਨੂੰ ਵੇਲੇ ਕੁ ਵੇਲੇ ਆਵੇ ਨਾ, ਐਵੇਂ ਨਹੀਂ ਕਹਿੰਦਾ ਲਓ ਕਿੱਥੋਂ ਆਏ ਹਾਂ, ਕਿਹੜੀ ਮਿਲ ਗਈ, ਭੁੰਨ ਹੋਣੀ, ਟੁੱਟ ਪੈਣੀ, ਉਹ ਤਾਂ ਮੈਂ ਗਾਲਾਂ ਹਜੇ ਕੱਢ ਦੇਣੀ ਜਿਹੜੀਆਂ ਤੁਸੀਂ ਕੱਢਦੀ ਅੱਧੀ ਰਾਤ, ਕਿਉਂਕਿ ਮੇਰੇ 'ਤੇ ਰਿਹਰਸਲ ਬਹੁਤ ਹੋਈ ਹੋਈ ਹੈ, ਇਹ ਮੈਂ ਸੁਣੀਆਂ ਬਹੁਤ ਹੋਈਆਂ ਪਰ ਮੇਰੇ ਕੋਲ ਫੀਡ ਨੇ ਅਜੇ ਵੀ। ਸੋ ਜਦੋਂ ਬੰਦਾ ਥੱਕਿਆ ਹਾਰਿਆ ਘਰ ਆਉਂਦਾ, ਭੈਣ ਮੇਰੀ ਉਹ ਇੱਕੋ ਇੱਕ ਜਿਹਨੂੰ ਪਤੀ ਪਰਮੇਸ਼ਰ ਕਹਿੰਦੇ ਆ, ਜਿਹੜੀਆਂ ਮੇਰੀਆਂ ਬੱਚੀਆਂ ਬੈਠੀਆਂ ਨੇ, ਆਪੋ ਆਪਣੇ ਘਰ ਸਾਰਿਆਂ ਨੇ ਜਾਣਾ ਜਾਣ, ਪਰ ਪਤੀ ਦਾ ਦਰਜਾ ਜਿਹੜਾ ਪਰਮੇਸ਼ਰ ਦਾ ਦਰਜਾ, ਇਹ ਕਦੇ ਜਮਾ ਕੇ ਦੇਖ ਲਿਓ, ਜਿਹੜਾ ਕੰਮ ਦੁਨੀਆਂ 'ਤੇ ਨਹੀਂ ਹੁੰਦਾ, ਕਿਤੇ ਪਤੀ ਦੇ ਪੈਰੀ ਹੱਥ ਲਾ ਕੇ ਕਹਿ ਦਿਓ ਪਤੀ ਪਰਮੇਸ਼ਰ ਕਰੋ ਕਿਰਪਾ, ਕਿਤੇ ਕੰਮ ਨਹੀਂ ਅੜਦਾ। ਅਤੇ ਦੂਜਾ ਤੀਰਥ ਆ ਮਾਂ ਬਾਪ ਦਾ, ਜਿਹਨੇ ਆਪਣੇ ਮਾਂ ਬਾਪ ਦੀ ਸੇਵਾ ਕਰ ਲਈ, ਉਹਨੂੰ ਇੱਥੇ ਵੀ ਲੋਕਾਂ 'ਚ ਵੀ ਔਰ ਪਰਲੋਕਾਂ ਦੇ ਵਿੱਚ ਵੀ ਸਦਾ ਜੈ ਜੈਕਾਰ। ਆਪੋ ਆਪਣੇ ਮਾਂ ਬਾਪ ਦੇ ਨਾਂ 'ਤੇ ਜ਼ੋਰ ਦਾ ਤਾੜੀ ਮਾਰੋ। ਸੋ ਲਓ, ਘਰ ਵਾਲਾ ਲੇਟ ਆਉਂਦਾ, ਜਿਵੇਂ ਆਉਂਦੇ ਹੁੰਦੇ ਆ, ਇਹ ਮੇਰੀ ਭੈਣ ਆਦਤ, ਇਹਨੂੰ ਵੀ ਗਾਲਾਂ ਬੜੀਆਂ ਪੂਛਾਂ ਵਾਲੀਆਂ ਕੱਢਦੀ ਹੈ। ਇੱਕ ਦਿਨ ਕਿਤੇ ਮੈਂ ਚਲੇ ਗਿਆ ਵੇਲੇ ਕੁ ਵੇਲੇ, ਮੇਰੇ ਦੁਪੱਟਾ ਜਿਹਾ ਬੰਨਿਆ ਹੋਇਆ ਸੀ, ਹੋਏ ਹੋਏ ਮਿੱਤਰਾ, ਉਹ ਮੈਂ ਕਿਹਾ ਅੰਦਰ ਹਨੇਰੀ ਕਾਹਦੀ ਆਈ ਹੋਈ ਹੈ, ਕਹਿੰਦੇ ਤੇਰੀ ਭੈਣ ਰਹਿਸਲ ਕਰਦੀ ਹੈ। ਮੈਂ ਕਾਹਦੀ? ਕਹਿੰਦੀ ਗਾਲਾਂ ਦੀ। ਹੁਣ ਉਹ ਗਾਲਾਂ 'ਤੇ ਫਿਰ ਮੈਂ ਗੀਤ ਲਿਖਿਆ, ਅੱਧੀ ਰਾਤ ਨੂੰ ਘਰ ਵੜਦਾ ਤੇ ਉੱਤੋਂ ਮਾਰਦਾ ਠੇਡੇ। ਕੀ ਕਹਿੰਦੀ ਮੰਗੇ ਨੂੰ? ਅੱਧੀ ਰਾਤ ਨੂੰ ਘਰ ਵੜਦਾ ਤੇ ਉੱਤੋਂ ਮਾਰਦਾ ਠੇਡੇ, ਕਿਹੜੀ ਸੌਕਣ ਮਿਲ ਗਈ ਵੇ। ਇੱਕ ਪਿੱਟਦੀਆਂ ਬੜੇ ਹਿਸਾਬ ਨਾਲ ਨੇ। ਅੱਛਾ, ਦੂਰੋਂ ਹੱਥ ਤੇਜ਼ ਲਿਆਉਣਗੀਆਂ ਕੋਲਾ ਕੇ ਕੋਰਾ ਪੈ, ਪਤਾ ਦੁੱਖੇ ਨਾ ਲੱਗੇ, ਦੂਰੋਂ ਹੱਥ ਐਕਣ ਕੋਲਾ ਕੇ ਆਏ, ਕਿਹੜੀ ਸੌਕਣ ਮਿਲ ਗਈ ਵੇ, ਤੈਨੂੰ ਰੋਜ਼ ਖਵਾ ਕੇ ਭੇਜੇ। ਬੰਦਾ ਭਲਾ ਮਨਸਾ ਪਤਾ ਕੀ ਕਹਿੰਦਾ, ਨੀ ਥੱਕਿਆ ਟੁੱਟਿਆ ਆਵਾਂ ਘਰ ਨੂੰ, ਰੋਜ਼ ਕੱਟੀ ਦੇ ਫਾਕੇ, ਉਹ ਥੱਕਿਆ ਟੁੱਟਿਆ ਆਵਾਂ ਘਰ ਨੂੰ, ਰੋਜ਼ ਕੱਟੀ ਦੇ ਫਾਕੇ, ਜੇ ਰੋਟੀ ਟਾਈਮ ਨਾਲ ਮਿਲ ਜੇ, ਜੇ ਰੋਟੀ ਟਾਈਮ ਨਾਲ ਮਿਲ ਜੇ, ਬੰਦਾ ਕਿਉਂ ਢਾਬੇ ਵੱਲ ਜਾ ਕੇ। ਜ਼ੋਰਦਾਰ ਤਾੜੀ ਆਪੋ ਆਪਣੇ ਨਾਲ। ਬੰਦਿਆਂ ਨੇ ਘਰ ਗੁੱਸੇ ਹੋ ਕੇ ਢਾਬੇ ਕਾਮਯਾਬ ਕਰਤੇ, ਤੇ ਭੈਣਾਂ ਨੇ ਘਰੇ ਰੁੱਸ ਰੁੱਸ ਕੇ ਮਿੰਨੀ ਬੱਸਾਂ ਕਾਮਯਾਬ ਕਰਤੀਆਂ। ਜਿੱਥੇ ਮਰਜ਼ੀ ਹੱਥ ਦੇ ਲਓ ਮਿੰਨੀ ਬੱਸ ਨੂੰ ਉੱਥੇ ਖੜ ਜਾਂਦੀ ਹੈ। ਤੂੰ ਕਿੰਨੀ ਵਾਰ ਗਈਆਂ ਬਈ? ਤੈਨੂੰ ਮੇਰੀ ਸੌ ਆਦੇ। ਹੁਣ ਆ ਪੰਗਾ ਪੈ ਗਿਆ, ਕਿਉਂਕਿ ਇਹਦਾ ਮੇਰਾ ਵਾਅਦਾ ਵੀ ਜਿਹੜਾ ਤੂੰ ਰਿਸ਼ਤਾ ਬਣਾਇਆ ਕਦੇ ਜ਼ਿੰਦਗੀ 'ਚ ਮੇਰੇ ਨਾਲ ਝੂਠ ਨਾ ਬੋਲਣਾ। ਪਰ ਇਹ ਬੋਲਦੀ ਵੀ ਹੈ ਨਹੀਂ, ਪਹਿਲਾਂ ਨਹੀਂ ਬੋਲਦੀ ਵੀ ਹੈ। ਕਹਿੰਦੀ ਆਪ ਹੀ ਕਹੀ ਜਾਂਦੇ ਹਾਂਜੀ, ਜੇ ਰੋਟੀ ਟਾਈਮ ਨਾਲ ਮਿਲ ਜੇ,
ਕੌਂਕਣ ਮਿਲ ਗਏ ਵੇ ਕਿਹੜੀ ਕੌਂਕਣ ਮਿਲ ਗਈ ਕੀ ਕਿਹਾ ਕਿਹੜੀ ਸੌਕਣ ਮਿਲ ਗਈ ਤੇਰੀ ਭੈਣੇ ਬੱਜ ਤੇ ਉਹ ਕਰਦੀ ਆ ਉਹੀ ਰੋਜ਼ ਪਰੌਠੇ ਲਾ ਕੇ ਦਿੰਦੀ ਆ ਕੀ ਕਹਿਣਾ ਰੋਟੀ ਟਾਈਮ ਨਾਲ ਮਿਲ ਜੇ ਨੀ ਬੰਦਾ ਕਿਉਂ ਖੂੰਡੇ ਵੱਲ ਜਾਗੇ ਜੇ ਟਾਈਮ ਨਾਲ ਮਿਲ ਜੇ ਬੰਦਾ ਕਿਉਂ ਢਾਬੇ ਵੱਲ ਜਾਗੇ ਜਿਹੜੀਆਂ ਪਿੰਡਾਂ ਵਿੱਚ ਬੁੜੀਆਂ ਸਫਾਈ ਕਰਦੀਆਂ ਮੇਰੇ ਘਰ ਵਾਲੀ ਵੀ ਜਾਂਦੀ ਹੁੰਦੀ ਆ ਉੱਥੇ ਸੇਵਾ ਕਰਨੀ ਮਾੜੀ ਨਹੀਂ ਹੈ ਪਰ ਜਿਹੜਾ ਬੰਦਾ ਗਰੀਬ ਦਾ ਮਜ਼ਾਕ ਉਡਾਉਂਦਾ ਨਾ ਤੇ ਪਤਾ ਫੇਰ ਲੱਗਦਾ ਜਦੋਂ ਬਾਬਾ ਚਪੇੜਾ ਮਾਰਦਾ ਮੇਰੇ ਤੋਂ ਤਾਂ ਚੰਗੀਆਂ ਜਿਹੜੀਆਂ ਕਰਦੀਆਂ ਕੰਮ ਨਰੇਕੇ ਕਿਹੜੀ ਕਿਹੜੀ ਫੱਫੇ ਕੁੱਟਣੀ ਵੇ ਕਿਹੜੀ ਮਿਲ ਗਈ ਬਿੱਲੀ ਵੇ ਕਿਹੜੀ ਮਿਲ ਗਈ ਕਾਲੋ ਵੇ ਤੈਨੂੰ ਰੋਜ਼ ਖਵਾ ਕੇ ਭੇਜੇ ਕਰਦੀ ਕਰ ਦਿੰਦੀ ਬਰਬਾਦੀ ਜਿੱਥੇ ਪਿੱਟ ਸਿਆਪੇ ਨਾਲੋਂ ਚੰਗੀ ਬਾਹਰ ਹੈ ਕਰਦੀ ਆ ਜਾ ਬਾਪੂ ਗੱਲ ਕਹਿਣ ਲੱਗਿਆ ਉਹ ਨਾ ਰੋ ਭਰਾਵਾ ਹੁਣ ਤਾਂ ਤੇਰਾ ਅਸੀਂ ਰਾਸ਼ਨ ਕਾਰਡ ਬਣਾ ਲੈਣਾ ਨਾਲੇ ਤਾਂ 30 ਕਿਲੋ ਕਣਕ ਮਿਲਿਆ ਕਰੂ ਭਗਵੰਤ ਮਾਨ ਨੇ ਹੋਰ ਵੀ ਕਿਹਾ ਵੀ ਜਿਹਦੇ 6 ਜਵਾਕ ਨੇ ਉਹਨੂੰ ਰਾਸ਼ਨ ਫਰੀ 6 ਪਹਿਲਾਂ ਗਿਆ 7ਵਾਂ ਤੂੰ ਅਜੇ ਸਾਡਾ ਤਾਂ ਕੰਮ ਲੋਟ ਹੈ ਛੱਕਦੀ ਪੱਟੀ ਜਨਾਨੀ ਕਰਦੀ ਕਰ ਦਿੰਦੀ ਬਰਬਾਦੀ ਨਿੱਤ ਦੇ ਪਿੱਟ ਤੇ ਆਪੇ ਨਾਲੋਂ ਚੰਗੀ ਵਾਰ ਹੈ ਕਾਦੀ
ਉੱਡੇ ਵਾਲੀਏ ਮੁੰਡੇ ਦੀ ਤਾਂ, ਉੱਡੇ ਵਾਲੀਏ ਮੁੰਡੇ ਦੀ ਤਾਂ ਭੰਡੀ ਵਿੱਚ ਲਾ ਕੇ ਰੋਟੀ ਟਾਈਮ ਨਾਲ ਮਿਲ ਜੇ ਬੰਦਾ ਉਹ ਟਾਈਮ ਨਾਲ ਮਿਲ ਜੇ ਬੰਦਾ ਕਾਉਂਟਾ ਬੇਬਲ ਚਾਕੇ ਤੈਨੂੰ ਮਾਫ ਆ ਅਜੇ ਤੈਨੂੰ ਲੱਭਿਆ ਨਹੀਂ ਹੈਗਾ ਹਜੇ ਟਰਾਈ ਚ ਹੈ ਅੱਧੀ ਰਾਤ ਨੂੰ ਘਰ ਵੜਦਾ ਤੇ ਉਤੋਂ ਮਾਰਦਾ ਖੇਡੇ ਚੌਂਕੜ ਮਿਲ ਗਈ ਵੇ ਤੈਨੂੰ ਰੋਟੀ ਖਵਾ ਕੇ ਭੇਜੇ ਉਹਦੀ ਟਾਈਮ ਨਾਲ ਮਿਲ ਜੇ ਨੀ ਬੰਦਾ ਚੌਂਕੜ ਬੇਬਲ ਚੱਕੇ ਤੇਰੀ ਚੌਂਕੜ